movie toad. You know me like the way I move it toad. When it's a movie lost boom, let me sing. Ramsey. What's in here? What's in here? Andy. Come in here. ਇੱਥੇ ਆ ਮੈਂ ਇੰਨੀ ਦੇਰ ਦੀਆਂ ਤੈਨੂੰ ਵਾਜਾਂ ਮਾਰਦਾ ਪਿਆ ਤੂੰ ਉੱਥੇ ਖੋਟਾ ਹੈ ਯਾਰ ਬੌਕਰ ਦੇ ਨਾਲ ਲੱਗ ਪਿਆ ਬੌਕਰ ਦੇ ਨਾਲ ਲੱਗ ਪਿਆ ਚੱਲ ਅੰਦਰ ਜਾ ਕੇ ਮੇਰੇ ਬੈੱਡ ਦੀ ਸਫਾਈ ਕਰ ਦੇ ਉੱਤੇ ਚਾਦਰ ਸੈੱਟ ਕਰ ਦੇ ਤੇ ਸੋਫੇ ਦੀ ਸਫਾਈ ਕਰ ਦੇ ਮੈਂ ਨਹੀਂ ਕਿ ਰਾਂਝੇ ਲੱਗ ਜੁੜਲੀ ਦੀ ਛੀ ਹੋਈ ਹੈ ਠੰਡੀ ਠੰਡੀ ਬਿਖੀ ਹੈ ਇਹ ਉਹ ਬੇਵਕੂਫ ਦੇ ਬੱਚਿਆ ਮੈਂ ਤੈਨੂੰ ਜੋ ਆਖਿਆ ਤੂੰ ਉਹਦੇ ਤੇ ਅਮਲ ਕਰ ਮੈਨੂੰ ਇਹ ਮਹਿਸੂਸ ਕਰਾਇਆ ਕਰ ਕਿ ਮੈਂ ਸ਼ੀਸ਼ ਮਹਿਲ ਦੇ ਵਿੱਚ ਉੱਠ ਕੇ ਨਿਕਲਿਆ ਆ ਬਾਉ ਸ਼ੀਸ਼ ਮਹਿਲ ਦਾ ਮਹਿਸੂਸ ਹੁੰਦਾ ਗਿਆ ਆ ਦਾ ਤੇਰੀ ਫਰਾਰੀ ਕਾਈ ਹੋਈ ਹੈ ਉਹ ਕਿਆ ਮੈਂ ਫਰਾਰੀ ਦੇ ਬੱਚੇ ਆ ਉਹ ਮੇਰੇ ਨਾਲ ਤੂੰ ਗੱਲਾਂ ਕਰਨਾ ਤੂੰ ਹੈ ਉਹ ਨਹੀਂ ਗੱਲਾਂ ਕਰਦਾ ਯਾਰ ਓਏ ਓਏ ਮੇਰਾ ਅਨਾਰ ਦਾਣਾ ਆਇਆ ਖੋਤੇ ਹੀ ਮੈਂ ਜ਼ਰਾ ਉਹਦੇ ਤਵੱਜੋ ਕਰ ਲਵਾਂ ਹੋਰ ਲਿੱਤਰ ਖਾਸੀ ਬਿੱਲੀ ਨੂੰ ਖਾਬ ਛਿਛੜਿਆ ਦੇ ਮੈਂ ਕਿਸੇ ਪੜ੍ਹੇ ਲਿਖੇ ਨਾਲ ਸ਼ਾਦੀ ਕਰ ਸਾ ਮੈਂ ਤੇ ਨਾ ਸ਼ਾਦੀ ਕਰਨੀ ਨੂੰ ਪੜ੍ਹਨ ਹੋਵੇ ਤਾਂ ਤੂੰ ਬੜਾ ਬੀਆ ਪਾਸ ਕਰ ਲਿਆ ਸਤਵੀਂ ਚ ਤੂੰ ਛੱਡ ਦਿੱਤਾ ਸਕੂਲ ਤੇ ਨਾਲੇ ਹਾਲੀ ਵੀ ਤੂੰ ਗਾਚੀ ਖਾਨੀ ਹੈ ਗਾਚੀ ਗੁਚੀ ਮੈਂ ਨਹੀਂ ਖਾਂਦੀ ਰਹੀ ਮੈਂ 7 ਪੜ੍ਹੀ ਹੋਈ ਇੰਗਲਿਸ਼ ਮੀਡੀਅਮ ਪੜ੍ਹੀ ਹੋਈ ਹਾਂ ਤੇ ਇੰਜ ਲੱਗਦਾ ਜਿਵੇਂ 14 ਪੜ੍ਹੀ ਹੋਈ ਹਾਂ ਆ ਜਿਹੜੇ ਇੰਗਲਿਸ਼ ਸਕੂਲ ਦੇ ਵਿੱਚ ਤੂੰ ਪੜ੍ਹੀ ਹੋਈ ਹੈ ਨਾ ਮੈਂ ਵੀ ਸਾਰੀ ਜ਼ਿੰਦਗੀ ਉਹਦੇ ਹੀ ਬਾਹਰ ਗੁਜ਼ਾਰੀ ਤੇ ਲੱਟਵਾਈ ਕਰਦਾ ਰਹਿਣਾ ਪੜ੍ਹਨ ਤੇ ਨਹੀਂ ਗਿਆ ਭਾਵੇਂ ਮੈਂ ਨਹੀਂ ਪੜ੍ਹਨ ਗਿਆ ਹਾਂ ਜਾਂ ਪੜ੍ਹਨ ਗਿਆ ਹਾਂ ਤੇਰੀ ਸ਼ਾਦੀ ਮੇਰੇ ਨਾਲ ਹੋਣੀ ਹੈ ਕਿਉਂਕਿ ਤੂੰ ਨਿੱਕੀ ਜੀ ਹੈ ਤੇ ਤੇਰਾ ਮਾਂ ਪਿਓ ਮਰ ਗਿਆ ਮੇਰੇ ਮਾਂ ਪਿਓ ਨੇ ਤੈਨੂੰ ਪਾਲਿਆ ਸਾਂਭਿਆ ਤੇ ਮਣ ਪਾਲ ਸਾਂਭ ਕੇ ਜਵਾਨ ਕਿਸ ਵਾਸਤੇ ਕੀਤਾ ਸਿਰਫ ਇਸੇ ਵਾਸਤੇ ਕਿ ਆ ਦੇ ਪੁੱਤਰ ਦੀ ਉਹਨਾਂ ਸਵਾਣੀ ਬਣਾਉਣਾ ਤੈਨੂੰ ਐਵੇਂ ਸਵਾਣੀ ਬਣਾਉਣਾ ਹੈਗਾ ਤੂੰ ਆ ਦੇ ਕੋਲ ਮੈਂ ਬਕਵਾਸ ਨਾ ਕੀਤੀ ਜਾ ਚਾਚੀ ਤੇ ਚਾਚੇ ਨੂੰ ਆ ਲੈਂਦੇ ਮੈਂ ਉਹਨਾਂ ਦੇ ਮੂੰਹ ਉੱਤੇ ਗੱਲ ਕਰ ਸਕ ਮੈਂ ਇਹਨਾਂ ਸ਼ਾਦੀ ਕੋਈ ਨਹੀਂ ਕਰਨੀ ਐਵੇਂ ਚਾਚੀ ਤੇ ਚਾਚੇ ਨੂੰ ਆ ਲੈਣ ਦੇ ਲੈ ਉਹ ਆਏ ਖੜੋਤੇ ਨੇ ਉਹਨਾਂ ਨਾਲ ਹੁਣੇ ਕਰ ਲੈ ਜਿਹੜੀ ਕਰਨੀ ਹੈ ਆਪਣੀ ਮਸੀਹ ਦਾ ਜਿਹੜਾ ਚੁੱਪ ਕਰ ਬਕਵਾਸ ਨਾ ਕਰ ਹੁਣ ਵੀ ਨਾਲ ਕਰ ਲੈ ਗੱਲ ਸੁਣ ਫਲਕ ਸ਼ੇਰਾ ਇਹ ਨਿੱਕੀ ਜੀ ਹੈ ਤੇਦੀ ਮਾਂ ਤੇ ਪਿਓ ਮਰ ਗਿਆ ਇਨ ਮੈਂ ਪਾਲਿਆ ਸਾਂਭੇ ਇਨ ਮੈਂ ਜਵਾਨ ਕੀਤਾ ਇਹਦਾ ਦਿਲ ਕਰਦਾ ਹੈ ਤੇ ਤੇਰੇ ਪੁੱਤ ਨੇ ਸ਼ਾਦੀ ਕਰੇ ਜੇ ਇਹਦੇ ਦਿਲ ਨਹੀਂ ਨਾ ਕਰਦੀ ਤੇ ਬਿਲਕੁਲ ਮੈਂ ਦਿਗਾਣੇ ਦਾ ਨਹੀਂ ਕਦੀ ਵੀ ਨਹੀਂ ਪੱਕਿਆ ਤੇ ਮੈਂ ਸ਼ਾਦੀ ਨਹੀਂ ਕਰਦੀ ਆਦੀ ਬੀਬੀ ਦੀ ਇਹ ਸ਼ਾਦੀ ਕਰ ਵੀ ਲਵੇ ਤੇ ਇਹਦੇ ਚ ਕੀ ਹੈ ਰਾਜੇ ਘਰ ਦੀ ਗੱਲ ਘਰ ਚ ਰਹਿ ਜਾਸੀ ਤੇਰੀ ਸੋਹਣੀ ਗੱਲ ਕੀਤੀ ਅੱਬਾ ਜੀ ਹੱਕ ਫਰਮਾਇਆ ਮੇਰੇ ਅੱਬਾ ਜੀ ਨੇ ਹੱਕ ਫਰਮਾਇਆ ਤੇਰੇ ਅੱਬੇ ਜੀ ਵੇਖਿਆ ਨਾ ਫਲਕ ਸ਼ਰ ਉਹ ਲਿਖੀ ਪੜੀ ਹੋਈ ਹੈ ਤੇਰਾ ਪੁੱਤਰ ਸਾਰੀ ਉਮਰਾਂ ਲੱਟ ਵਾਹੀ ਕਰਦਾ ਰਿਹਾ ਉਹਦੇ ਦਿਲ ਕਰੇ ਤੇ ਤੇਰੇ ਪੁੱਤਰ ਸ਼ਾਦੀ ਕਰਦੀ ਹੈ ਜਦੋਂ ਦਿਲ ਨਾ ਨਾ ਕਰੇ ਤੇ ਮੈਂ ਆਦੀ ਬਤਰੀ ਦੀ ਸ਼ਾਦੀ ਦਿਗਾਣੇ ਨਹੀਂ ਕਰਨੀ ਲੋ ਕਰ ਲੋ ਗੱਲ ਅੰਮਾ ਵੀ ਦੂਏ ਪਾਸੇ ਹੋ ਗਈ ਮੁਖਾਲਫ ਪਾਰਟੀ ਨਾਲ ਉਹ ਸਾਬਰਾ ਆਦੀ ਔਲਾਦ ਨੂੰ ਕੌਣ ਗੰਦਾ ਆਖਦਾ ਐਡਾ ਸੋਹਣਾ ਤਾਂ ਹੈ ਵੇਖ ਤਾਂ ਸਹੀ ਆਦਾ ਕਰਨ ਵਾਲਾ ਹੋ ਜਾਸੀ ਤੇ ਸ਼ਾਦੀ ਕਰ ਲਵੇ ਬਿਲਕੁਲ ਮੈਂ ਐਡਾ ਸੋਹਣਾ ਵੇਖ ਲਾ ਗਰੂਰ ਕਦੀ ਨਹੀਂ ਕੀਤਾ ਤੇ ਅੱਬਾ ਜੀ ਰਹੀ ਗੱਲ ਕਮਾਈ ਦੀ ਆਪਣੀ ਬੋਹੇ ਬਾਂਡਾ ਜਿਹੜਾ ਪਿਆ ਉਹ ਮੈਂ ਗਾਹ ਸਾਂ ਤੇ ਵਾਹ ਸਾਂ ਤੇ ਖਾਸ ਸਾਂ ਹਾਂ ਸਹੀ ਗੱਲ ਕਰਦਾ ਪਿਆ ਚਾਚਾ ਜੀ ਤੁਸੀਂ ਗਲਤ ਫੈਸਲਾ ਕਰਦੇ ਪਿਆ ਜੇ ਮੈਂ ਸ਼ਾਦੀ ਨਾ ਅੱਜ ਕਰਨੀ ਤੇ ਨਾ ਕੱਲ ਕਰਨੀ ਹੈ ਸਹੀ ਆਂਦੀ ਪੇਗੀ ਹੁਣ ਮੈਂ ਇੱਥੇ ਕੀ ਕਰ ਸਕਨੀ ਆ ਤੂੰ ਇੱਥੇ ਡਾਂਸ ਕਰ ਸਕਨੀ ਐਂ ਐਂ ਕਰਕੇ ਲੱਖ ਲਾਨਾ ਤੇ ਵੇਖ ਇਹ ਮਾਂ ਦਾ ਅਦਬ ਕਰਦਾ ਪਿਆ ਹੈਗਾ ਡਾਂਸ ਕਰ ਸਕਦੀ ਹੈ ਤੇ ਮਾਂ ਵੇਖ ਉਹਦੇ ਨਾਲ ਰਲੀ ਖੋਤੀ ਹੈ ਇਹ ਮੇਰੇ ਨਾਲ ਲੜੀ ਹੋਈ ਹੈ ਤੇ ਤੂੰ ਇਹਦੇ ਨਾਲ ਪਾਸਾ ਪਲਟ ਲਿਆ ਤੇ ਕਬੀਨੇ ਆ ਉਹਨੇ ਮੈਂ ਗੱਲ ਨਾ ਕਰਾਂ ਤੇ ਮੈਂ ਕਹਿੰਦੀ ਕਰਾਂ ਉਹਦਾ ਕੋਈ ਅੱਗੂ ਮਗਰੂ ਹੋਈ ਉਹਦਾ ਮਾਂ ਪਿਓ ਤਾਂ ਮਰਿਆ ਹੋਇਆ ਹੈਗਾ ਏ ਤੇ ਮੇਰੇ ਨਾਲ ਸ਼ਾਦੀ ਕਰ ਲਵੇ ਮੈਂ ਇਹਦੇ ਅੱਗੇ ਵੀ ਮੈਂ ਇਹਦੇ ਮਗਰ ਵੀ ਮੈਂ ਹਰ ਟਾਈਮ ਕੁੱਤੇ ਤਰ੍ਹਾਂ ਕੁਸ ਕੁਸ ਕਰਦਾ ਇਹਦੇ ਨਾਲ ਲਗਾਵਾਂਗਾ ਤਾਂ ਇਹ ਤੇਰੇ ਸ਼ਾਦੀ ਨਹੀਂ ਕਰਨਾ ਐਡਾ ਬਦਤਮੀਜ਼ ਤੂੰ ਹੈਗਾ ਤੇਰੇ ਤੋਂ ਤਮੀਜ਼
ਕੀ ਕੋਣੀ ਹੈਗੀ ਤੇ ਕਿਹੜੀ ਤਮੀਜ਼ ਵਾਲੀ ਗੱਲ ਹੈ ਇਹ ਸ਼ਾਦੀ ਦੇ ਵਿੱਚ ਕਿਹੜੀ ਤਮੀਜ਼ ਹੁੰਦੀ ਹੈ ਖੋਲਾ ਉਹ ਤਮੀਜ਼ ਦੀ ਲੋੜ ਕੋਈ ਨਹੀਂ ਹੁੰਦੀ ਸ਼ਾਦੀ ਕਰ ਕਬੂਲ ਹੈ ਕਰ ਤੇ ਬੱਚੇ ਪੈਦਾ ਕਰੀਏ ਚੱਲ ਕੋਈ ਗੱਲ ਨਹੀਂ ਪੁੱਤਰ ਤੇਰੇ ਮਾਮੇ ਦੀ ਕੁੜੀ ਤੈਨੂੰ ਲੈ ਕੇ ਦੇ ਦੇ ਨਹੀਂ ਮੈਂ ਇਹਦੇ ਨਾਲ ਹੀ ਸ਼ਾਦੀ ਕਰਨੀ ਹੈ ਜੇ ਮੇਰੀ ਤੁਸੀਂ ਇਹਦੇ ਨਾਲ ਸ਼ਾਦੀ ਨਾ ਕੀਤੀ ਤੇ ਮੈਂ ਤੁਹਾਨੂੰ ਗੰਦਿਆਂ ਕਰਸਾਂ ਇੱਥੇ ਪੂਰੇ ਇਲਾਕੇ ਦੇ ਵਿੱਚ ਤੁਹਾਨੂੰ ਬਹੁਤ ਗੰਦਿਆਂ ਕਰਸਾਂ ਤੁਸੀਂ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਹੋਣਾ ਸੁਣ ਲੈ ਚਾਚਾ ਪੁੱਤ ਦੀਆਂ ਗੱਲਾਂ ਕਿਵੇਂ ਗੰਦਿਆਂ ਕਰਨਾ ਮੈਂ ਜਿਵੇਂ ਵੀ ਗੰਦਿਆਂ ਕੀਤਾ ਮੈਂ ਤੁਹਾਨੂੰ ਗੰਦਿਆਂ ਕਰਨਾ ਤੁਹਾਨੂੰ ਬਾਹਰ ਮੂੰਹ ਦਿਖਾਉਣ ਜੋਗਾ ਨਹੀਂ ਛੱਡਣਾ ਤੂੰ ਗੰਦਿਆਂ ਕਰਨੇ ਤੇ ਜਾ ਸਾਨੂੰ ਗੰਦਿਆਂ ਕਰ ਚਾ ਤੇ ਭਾਈ ਮੈਂ ਬਤਰੀ ਮੇਰੀ ਸ਼ਾਦੀ ਨਹੀਂ ਕਰਦੀ ਤੇ ਨਾ ਕਰ ਮੈਂ ਇਸ ਦੇ ਨਾਲ ਸ਼ਾਦੀ ਕਰਨੀ ਹੈ ਜਾਮੜ ਕਰ ਲੱਗਦੇ ਆ ਚੰਗਾ ਮੋੜ ਠੀਕ ਹਾਂ ਚੰਗਾ ਮੋੜ ਪਤਾ ਨਹੀਂ ਇਹਨੂੰ ਹੋ ਕੀ ਗਿਆ ਚਾਚਾ ਤੁਸੀਂ ਵੀ ਉਹਨੂੰ ਕੋਈ ਸਮਝਾਓ ਨਾ ਤੁਸੀਂ ਤੋਂਦੀ ਸੈਲ ਲਈ ਜਾਂਦੇ ਜਾਂ ਜਦੋਂ ਮੇਰਾ ਦਿਲ ਨਹੀਂ ਉਹਨਾਂ ਨਾਲ ਸ਼ਾਦੀ ਕਰਨ ਤੇ ਜ਼ੋਰ ਜ਼ਬਰਦਸਤੀ ਤੋਂ ਕੋਈ ਨਹੀਂ ਮੇਰੇ ਉੱਤੇ ਕੋਈ ਗੱਲ ਨਹੀਂ ਪੁੱਤਰ ਜਿੱਥੇ ਤੂੰ ਆਖੇ ਨਾ ਉੱਥੇ ਤੇਰੀ ਸ਼ਾਦੀ ਕਰਾਂਗੇ ਹੁਣ ਤਾਂ ਪੁੱਤਰ ਦੀ ਗੱਲ ਸੁਣ ਲਈ ਮੈਂ ਗੰਦਿਆਂ ਕਰ ਸਕ ਗੰਦਿਆਂ ਕਰ ਸਕ ਕੀ ਗੰਦਿਆਂ ਕਰ ਸੀ ਹੁਣ ਮੈਂ ਮੂੰਹ ਤੇ ਪਿੱਟਾਂ ਐਵੇਂ ਕੁੱਤਾ ਹੈ ਭੌਂਕਦਾ ਹੈ ਉਹਨੂੰ ਭੌਂਕਣ ਦੇ ਕੀ ਉਹਨੇ ਗੰਦਿਆਂ ਕਰਨਾ ਉਹ ਇਹਨੂੰ ਕਾਸ਼ਾ ਖਵਾਈ ਆਈ ਕਿ ਕੋਈ ਨਾ ਇਹਨੂੰ ਜੀ ਬੜਾ ਰਜਾਇਆ ਪਜਾਇਆ ਗਈ ਹੈ ਸ਼ਹਿਰ ਉੱਥੇ ਰਾਜਪੁਜ ਕੇ ਕੇਲੇ ਸੇਬ ਫਰੂਟ ਜਿੰਨੇ ਵੀ ਕਹਿੰਦੇ ਨੇ ਖਵਾਏ ਨੇ 500 ਤੇ ਰੜੀ ਹੈ ਕਾਢਿਆ ਹੀ ਉਸ ਕਾਢਿਆ ਜੀ 500 ਰੜੀ ਇਤਨਾ ਕਮਾਈਂਦਾ ਨਹੀਂ ਜਿਤਨੇ ਨੂੰ ਖਵਾਈ ਜਾਂਦੇ ਮੋਣ ਇਹਨਾਂ ਕਮਾਉਣਾ ਵੀ ਤੇ ਜੀ ਨੂੰ ਖਵਾਵਣਾ ਨਹੀਂ ਤੇ ਮੋਣ ਇਹਦੇ ਚ ਲੈਣਾ ਕੀ ਹੈ ਖਾਏ ਗੱਲ ਤੇਰੀ ਠੀਕ ਇਹ ਰਜਾਇਆ ਤੂੰ ਕੋ ਕਰਸੀ ਇਹ ਰਜਾਇਆ ਦਾ ਤੇ ਨੇ ਕੀ ਕਰਨਾ ਅਸਲਾਮ ਅਲੈਕਮ ਜਨਾਬ ਬੋਤਣਾ ਕਲੰਦਰ ਸਾਹਿਬ ਵਾਲੇਕਮ ਸਲਾਮ ਜਨਾਬ ਰਮਜ਼ੀ ਭਾਈ ਬੋਤਣਾ ਸਾਹਿਬ ਮੈਂ ਤੁਹਾਡੇ ਕੋਲ ਬਾਂਦਰੀਆਂ ਨਾ ਚਾਵਣ ਵਾਲਾ ਕੰਮ ਸਿੱਖਣਾ ਚਾਹੁੰਦਾ ਤੇਰਾ ਦਿਮਾਗ ਸਹੀ ਹੈ ਉਹ ਤੂੰ ਚੰਗਾ ਭਲਾ ਬੋਏ ਬਾਂਡੇ ਵਾਲਾ ਤੇ ਪਿੰਨਣ ਵਾਲਾ ਕੰਮ ਸ਼ੁਰੂ ਕਰੂ ਉਹ ਤੇਰੇ ਵਾਸਤੇ ਪਿੰਨਣ ਮਿਹਣਾ ਇਹ ਸਾਡਾ ਕੰਮ ਹੈ ਤਾਂ ਸਾਨੂੰ ਸੋਹਣਾ ਲੱਗਦਾ ਮੇਰੀ ਮਾਂ ਕਹਿੰਦੀ ਸੀ ਕੋਈ ਧੰਦਾ ਛੋਟਾ ਬੜਾ ਨਹੀਂ ਹੁੰਦਾ ਬਸ ਕਰਨ ਵਾਲੀ ਗੱਲ ਕਰੋ ਬੁੱਧਣਿਆ ਇਹ ਰਮਜ਼ੀਆ ਦੇ ਪਿਓ ਤੋਂ ਆਪਾਂ ਲਿੱਤਰ ਮਰਾਏਗਾ ਹਾਂ ਸ਼ੱਕ ਮੈਨੂੰ ਹੀ ਹੁਣ ਪੰਦਾ ਕਿ ਆਪ ਨੂੰ ਇਹ ਖੱਲੇ ਮਰਾਉਏ ਹੈਲੋ ਕੋਈ ਹੋਰ ਘਰ ਲੱਭ ਇੱਥੇ ਬਾਂਦਰੀ ਸ਼ਾਂਦਰੀ ਕਾਇ ਨੇ ਉਹ ਨਹੀਂ ਆ ਬੁੱਧਣਿਆ ਮੈਨੂੰ ਵਾਲ ਸਿਖਾਓ ਮੈਂ ਤੁਹਾਡਾ ਸ਼ਗਿਰਦ ਹੁੰਦਾ ਪਿਆ ਤੇਰੇ ਕੋਲ ਟੱਚ ਮੋਬਾਈਲ ਹੈ ਨਹੀਂ ਅਸੀਂ ਆਪ ਦਾ ਘਰ ਮਸਾ ਚਲਾਈਨੇ ਤਾਂ ਟੱਚ ਸਾਡੇ ਕੋਲ ਕਿਦੋਂ ਆਇਆ ਲਓ ਜਨਾਬ ਇਹ ਟੱਚ ਮੋਬਾਈਲ ਮੈਂ ਤੁਹਾਨੂੰ ਦੇਣਾ ਆਦੇ ਤਰਫੋਂ ਗਿਫਟ ਹੈ ਇਹ ਮੇਰੇ ਲੁਗੋਰ ਸ਼ਕਰ ਇਹਨੇ ਉਸਤਾਦ ਦੀ ਸ਼ਗਿਰਦੀ ਦੇ ਵਿੱਚ ਤੇ ਮੈਨੂੰ ਉਸਤਾਦ ਦੀ ਸ਼ਗਿਰਦੀ ਦੇ ਵਿੱਚ ਵਾਲ ਸਿਖਾਓ ਨਹੀਂ ਹੁਣ ਤਾਂ ਤੈਨੂੰ ਸਿਖਾਉਣਾ ਪਵਣਾ ਕਿਉਂਕਿ ਤੂੰ ਸਾਨੂੰ ਗੋੜ ਸ਼ਕਰ ਦੇ ਪੈਸੇ ਦੇ ਦਿੱਤੇ ਅੱਜ ਲਓ ਤਾਂ ਸਾਡਾ ਸ਼ਗਿਰਦ ਹੈ ਸ਼ਗਿਰਦ ਇਹ ਹੁਣ ਮੈਨੂੰ ਬਾਂਦਰੀ ਨੂੰ ਹੱਥ ਲਵਾਓ ਹਾ ਹਾ ਲਾ ਵਾ ਭਾਈ ਵਾ ਓਏ ਬਾਂਦਰੀਏ ਹੁਣ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਤਮਾਸ਼ਾ ਕੀਤਾ ਕਰਾਂਗਾ ਹੈ ਗੱਲ ਤੇਰੀ ਸਮਝ ਚ ਆਈ ਹੈ ਕਿ ਨਹੀਂ ਆਈ ਸਹੁਰੇ ਜਾ ਰਹੇ ਸਹੁਰੇ ਸਹੁਰੇ ਬਾਂਦਰ ਜਾ ਰਹੇ ਤੇਰਾ ਪਿਓ ਸਾਨੂੰ ਮਾਰਨ ਲੱਗ ਗਿਆ ਅਸੀਂ ਵੱਜ ਜਾਣੇ ਅਸੀਂ ਕੋਈ ਨੀ ਖਲੋਵਣਾ ਮਰਦ ਮੈਦਾਨ ਨਹੀਂ ਛੱਡਦੇ ਹੁੰਦੇ ਮਰਦਾਂ ਤੇ ਉੱਥੇ ਹੀ ਖਲੋਵਣਾ ਮੇਰੇ ਕੋਲ ਮੈਂ ਜਦੋਂ ਆਪਦੇ ਪਿਓ ਨੂੰ ਸਾਹਮਣੇ ਹੋਇਆ ਗੋਤਾ ਤੇ ਤੁਸੀਂ ਸਾਹਮਣੇ ਹੋ ਜਾਵਿਆ ਚਲੋ ਠੀਕ ਹੈ ਤੇਰੇ ਨਾਲ ਆਇਆ ਸੀ ਹਾਂ ਚਲੋ ਆ ਜਾਓ ਆ ਜਾ ਭਾਈ ਆ ਜਾ ਭਾਈ ਆ ਜਾ ਰਪਈਏ ਬੜੇ ਹੋਸਨ ਉੱਤੋਂ ਡਕ 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 ਸ਼ਾਬਾਸ਼ ਬਾਂਦਰਾ ਤੂੰ ਆਦੇ ਸਹੁਰੇ ਜਾਣਾ ਤੇ ਸਾਰਾ ਸਹੁਰੇ ਜਾ ਕੇ ਵਿਖਾ ਕਿਵੇਂ ਜਾਏਗਾ ਸਹੁਰੇ ਹਾਂ ਤੰਬਾ ਲੈ ਕੇ ਆਦੀ ਸੱਸ ਦੇ ਦੁਆਲੇ ਹੋ ਗਿਆ ਸ਼ੇਰ ਐ ਜਾ ਰਿਹਾ ਐ ਖੁਸ਼ੀਆਂ ਨਾਲ ਨੱਚ ਰਿਹਾ ਟੱਪ ਰਿਹਾ ਐ ਜਾ ਰਿਹਾ ਆਦੇ ਸਹੁਰਿਆਂ ਤੇ ਲੈ ਲੈ ਹੁਣ ਇਹਨੂੰ ਸੱਸ ਨੇ ਤਵੀਤ ਪਾ ਦਿੱਤੇ ਨੇ ਇਹਨੂੰ ਸੱਸ ਨੇ ਤਵੀਤ ਪਾ ਦਿੱਤੇ ਨੇ ਲਾੜੇ ਨੂੰ ਸੱਸ ਨੇ ਤਵੀਤ ਪਾ ਦਿੱਤੇ ਨੇ ਹਾਂ ਵਾ 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 ਵੈਰੀ ਗੁੱਡ ਹਾਂ ਤਾੜੀਆਂ ਵਾਜੋ ਛੋਟੇ ਬੱਚੇ ਸਾਰੇ ਤਾੜੀਆਂ ਤਾੜੀਆਂ ਜਬਰੂ ਦੇ ਨਾਮ ਦੀਆਂ ਤਾੜੀਆਂ ਜਬਰੂ ਦੇ ਨਾਮ ਦੀਆਂ ਤਾੜੀਆਂ ਹਾਂ ਆ ਭਾਈ ਸਾਬਰਾਂ ਦਾ ਪੁੱਤਰ ਬਾਦਰੀ ਦਾ ਤਮਾਸ਼ਾ ਕਰਦਾ ਪਿਆ ਚੱਲ ਕੇ ਬੈਨ ਜੱਟੀ ਨੂੰ ਦੱਸਣਾ ਡਕ 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 ਜੱਟੀਆ ਹਾਂ ਉਹ ਬਾਹਰ ਆਵਣਾ ਲਿਆਂਦੀ ਉਹ ਸਾਬਣ ਕੋਈ ਨਹੀਂ ਲਾਂਦੀ ਉੱਥੇ ਇੱਕ ਨਵਾਂ ਚੰਨ ਚੜਿਆ ਪਿਆ ਈ ਤੇ ਉਹ ਕਿਹੜਾ ਚੰਨ ਚੜਿਆ ਖਲੋਤਾ ਹੈ ਉਹ ਮਾਈ ਸਾਬਰਾਂ ਦਾ ਪੁੱਤਰ ਨਹੀਂ ਰਮਜ਼ੀ ਹਾਂ ਹਾਂ ਉਹ ਬਾਂਦਰੀ ਨੂੰ ਲੈ ਕੇ ਉੱਥੇ ਤਮਾਸ਼ਾ ਕੀਤੀ ਜਾਂਦਾ ਅੱਛਾ ਚਲਾ ਹਾਂ ਮੈਨੂੰ ਵੀ ਵਿਖਾ ਜ਼ਰਾ ਆਜਾ ਡਗ 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 ਇਹਦੀ ਹੁਣ ਸਲਾਮੀ ਕਰਾ ਦੇ ਸਾਰਿਆਂ ਨੂੰ ਸਲਾਮੀ ਕਰਾ ਦੇ ਸਲਾਮੀ ਸਲਾਮ ਕਰ ਦੇ ਵੀ ਪਹਿਲਵਾਨ ਖੜਾ ਹੋ ਕੇ ਸਲਾਮ ਕਰ ਦੇ ਪਹਿਲਵਾਨ
उठ के अपने पेट वाल दुआ कर दे, जिन्हें भाई खलोते ने बाजिया बहना खलोती ने अख चू दुआ कर दे, अपने पेट वाल नचा को तेरी खिदमत करेंगे दस बीस रुपए जनाब दुआ दुआ कर दे सलाम बांदरी वाला तमाशा मलिया बड़ा सोहना तमाशा 100 रुपए इनाम ते बड़ी मेहरबानी बहुत शुक्रिया जनाब बहुत शुक्रिया बहुत शुक्रिया जनाब बहुत शुक्रिया बहुत शुक्रिया जनाब बहुत शुक्रिया बहुत शुक्रिया जनाब हो हाय वे तू चौधरीया दा पुत्र हो के ते तू कलंदरा वाला काम शुरू कर दी ते तैनू शर्म नहीं आंदी हैगी तेरे ते मां-प्यो दा नक टप जाना है हो हाय ते तैनू की तकलीफ है हैं ये साडा घरेलू मामला मैं हुण जो मर्जी करा मैं मोची वाले काम करा नाई वाले काम करा मैं जेड़े मर्जी काम करा काम करण दे विच की हरज है यार तू काम ओ कर जेड़ा तेरे मुंह ते पौंदा तू चौधरीया दा पुत्र है इस तरीके ते चौधरीया दी तवीन है ते चौधरीया दा सिर न्यों जासी हां मेरा भरा गल सही करदा पिया हैगा तेरे मां-प्यो नु पता चल गया ना तो बेचारे जिउंदा ही मर जा तू तो जिंदी मर गई है अल्लाह को खैर मांगनी की हो जिंदी मर गई है खैर की मंगनी है तेरा पुत्र जेड़ा है उन्हें कलंदर वाले काम शुरू कर दिते ने तो पिंड के चौक दे विच ना ओ ते बांदरियां नचांदा फिरदा है ते तमाशे लांदा फिरदा है अच्छा अच्छा भला शेर ये तेरा पोत्र इवे तमाशे करदा रिया ना बांदरी नाल ते आज तो बात तेनी चौधरी किसे भी नहीं आखना है कलंदर आखन गे लोकी तुसी झूठ तो नहीं बोल रहे एवे से झूठ बोल रहे हो तन्नू दिखाइए सोना दे पुत्र दे करतूत उस बांदर फद ले आई अपना नक नीवा हो गया पिंड दे विच आपा नहीं जीवन जोगे रह गए चल साबरा हुंदा पता करिए हां पता करिए चल दूरो चाचा चौधरी बांदरी वाला मशहूर हो जासी चाचा मैं तो निगरान आई जांदा इन्नू इत्थों काढ घरे लैके चलिए हाली हुणे नाल किधर निकरदे पए ने मैं तो पहले मुकाला करावणा है मुड सारे पिंड फिरना मुड तुहाडा मुकाला होवणा मुड तुहाडू निगरान आवणा है एड्डी छेती नहीं निगरान आउंदा मुकाला तेरा नहीं होवणा मुकाला साडा होवणा है इयो ही तो बकवास मैं कर रहा आज हुण बकवास बंद कर चल घरे इज्जत आले नु समझा के रख ना वे मेरे को मैं बैठा तू खड़ा है सोना लगता पे मैं सोना लगता पे नहीं इत्थे बहु मैं खड़ो जाना आखिर तू मेरा पियो है जी ओ जी आवी है भावे अण बौंदा रमजी जेड़ी हरकत की तेरे डोब के मार जा डोब के मैं क्यों करा ए तेरे पुत्र एवे दी हरकत क्यों कीती है कुछ सानू भी ते दसो ना कि एडा तुसी खांदे पींदे हो पिंड दे चौधरी हैगे ते कलंदरा वाला
ਕਰਦਾ ਪਿਆ ਉਹਦੀ ਵਜ੍ਹਾ ਤੇ ਦੱਸੋ ਤੇ ਛੋਹਰਾ ਤੈਨੂੰ ਮੈਂ ਕੀ ਦੱਸਾਂ ਇਹ ਲੈਂਦਾ ਆ ਮੇਰੀ ਬਤਰੀ ਦਾ ਰਿਸ਼ਤਾ ਤੇ ਇਹ ਛੋਹਰੋਂ ਦਾ ਪਰਨਿੰਦੀ ਨਹੀਂ ਆਈ ਤੇ ਮੈਂ ਆ ਕੇ ਇਹਦੇ ਪਿਓ ਨੂੰ ਪਿਓ ਜੀ ਨਹੀਂ ਛੋਹਰ ਪਰਨਿੰਦੀ ਤੇ ਆਪਾਂ ਨਾ ਪਰਨਾਈਏ ਨਾ ਦਿਗਾਂ ਦੇ ਰਿਸ਼ਤੇ ਕਰੀਏ ਤੇ ਐਸਾ ਕਿ ਮੈਂ ਕੋਈ ਜਾ ਕੇ ਨਾ ਤਮਾਸ਼ਾ ਲੈਸਾਂ ਤਮਾਸ਼ਾ ਲਾਈ ਤੇ ਖੜੋਤਾ ਆ ਬਾਂਦਰੀ ਤੇ ਡੁਕ ਡੁਕ ਕਰਦਾ ਵਾਦਾ ਤੈਨੂੰ ਚਾਹੀਦਾ ਵਾਂਦਾ ਹੋਰ ਇਸ ਉੱਤੇ ਕੀ ਕਰਨਾ ਆ ਹਏ ਇਹਨਾਂ ਦਾ ਇਹ ਮਸਲਾ ਹੈਗਾ ਨਹੀਂ ਸੁਗਰੀ ਤੂੰ ਹੀ ਪਰਾਂ ਇਹਦੇ ਨਾਲ ਸ਼ਾਦੀ ਕਰ ਲੈ ਤੇ ਇਹਨਾਂ ਵਿਚਾਰਿਆਂ ਦੀ ਇੱਜ਼ਤ ਬਚਾ ਲੈ ਮੈਂ ਤੇ ਕਰੂ ਕੋਈ ਨਹੀਂ ਤੂੰ ਜੇ ਮੇਰੇ ਨਾਲ ਸ਼ਾਦੀ ਨਹੀਂ ਨਾ ਕਰਨੀ ਹੈ ਤੇ ਕੋਈ ਗੱਲ ਨਹੀਂ ਮੈਂ ਵੀ ਇੱਥੇ ਆ ਦੇ ਘਰੇ ਲਿਆ ਕੇ ਬਾਂਦਰੀਆਂ ਰੱਖਸਾਂ ਰੇਛ ਰੱਖਸਾਂ ਕੁੱਤੇ ਰੱਖਸਾਂ ਅਬਲ ਤਾਂ ਮੈਂ ਚਿੜੀਆ ਘਰ ਬਣਾ ਸਾਂ ਇੱਕ ਮੌਤ ਦਾ ਖੂਹ ਵੀ ਬਣਾ ਸਾਂ ਮੌਤ ਦੇ ਖੂਹ ਦੇ ਵਿੱਚ ਯਾਰਾਂ ਕੁਸਰੇ ਰੱਖਸਾਂ ਉਹ ਨੱਚਿਆ ਕੀਤਾ ਕਰਸਾਂ ਤੇ ਮੈਂ ਕਮਾ ਕੀਤਾ ਕਰਸਾਂ ਮੈਂ ਟਿਕਟਾਂ ਨੀਤੀਆਂ ਕਰਸਾਂ ਸ਼ਾਬਾਸ਼ ਰਹਿੰਦੀ ਖੈਂਦੀ ਕਸਰ ਨਾ ਅਈ ਮੇਰੇ ਪੁੱਤਰ ਕੱਢ ਦੇ ਪੂਰੀ ਫਲਾ ਸ਼ੇਰਾ ਮੈਂ ਤਾਂ ਇਸ ਘਰ 'ਚ ਨਹੀਂ ਰਹੂਗਾ ਮੈਂ ਤਾਂ ਇੱਥੋਂ ਪਹੁੰਚ ਹੀ ਜਾਊਂਗਾ ਤੂੰ ਕਿਉਂ ਜਾਊਂ ਹੈ ਇਹਦੇ 'ਚ ਮੇਰਾ ਕੀ ਗੁਨਾਹ ਓਏ ਅੰਮਾ ਜਾਂਦੇ ਘਰ ਜਾਵਾਂ ਨਾਲ ਸਾਡੀ ਜ਼ਬਾਤ ਆ ਜਾਣੀ ਜਿਹੜੀ ਹੋਣੀ ਆ ਜੋ ਹੋ ਗਈ ਇਸ ਗੱਲੋਂ ਜਾਊਂਗਾ ਨਾ ਇਹਨੂੰ ਵੇਖ ਸਾ ਤੇ ਨਾ ਘਰ ਹੋ ਸਾ ਤੇ ਨਾ ਲੋਕੀ ਗੱਲਾਂ ਕਰਸੇ ਕੋਈ ਗੱਲ ਨਹੀਂ ਆ ਦੇ ਪੇਕਿਆਂ ਦੇ ਪਿੰਡ ਹੀ ਵਗ ਜਾਸੇ ਨਾ ਮੈਂ ਤਮਾਸ਼ਾ ਲੈ ਕੇ ਮਗਰ ਆ ਜਾ ਸਭ ਬਦਨਾਮਾ ਤੇਰੇ ਮਗਰ ਹੀ ਏ ਬੋਲੇ ਸ਼ੇਰਾ ਇਸ ਕੰਨਿਆਂ ਨੂੰ ਮੈਂ ਜਾਨੂੰ ਮਾਰ ਦੇ ਆਵਣਾ ਹੀ ਹਾਂ ਮੈਨੂੰ ਮਾਰ ਦੇ ਆਪ ਜੇਲ੍ਹ ਵਿੱਚ ਵਗ ਜਾਵੇਂ ਉੱਥੇ ਦਾਣਾ ਸ਼ੁਰਕ ਸ਼ੁਰਕ ਕਰਕੇ ਪੀਵੀ ਤੇ ਦਾਣ ਨਾ ਤਾਂ ਤੈਨੂੰ ਵੈਸੇ ਅਲਰਜੀ ਹੋ ਜਾਂਦੀ ਹੈ ਬਕਵਾਸ ਕਰਦਾ ਕੁੱਤਾ ਕੁੱਤੇ ਦੀ ਉਹ ਬਗੈਰਤਿਆ ਬਕਵਾਸ ਕੀਤੀ ਜਾਣਾ ਤੈਨੂੰ ਜ਼ਰਾ ਸ਼ਰਮ ਕੋਈ ਨਹੀਂ ਇਹਦਾ ਤੈਨੂੰ ਦੱਸਦਾ ਹੀ ਪਿਆ ਵੀ ਮੈਨੂੰ ਕਤਲ ਕਰ ਸਕਦੇ ਜੇਲ੍ਹ ਜਾਸੇ ਉੱਥੇ ਦਾਲ ਹੁੰਦੀ ਹੈ ਉੱਥੇ ਗੋਸ਼ਤ ਕੋਈ ਨਹੀਂ ਲੱਭਦਾ ਤੂੰ ਸਾਨੂੰ ਜੀਵਨ ਜੋਗਾ ਛੱਡ ਜਾ ਆ ਵੇਖ ਲੈ ਮੈਂ ਤੇਰੀ ਮਾਂ ਮਾਤਾ ਬਗੈਰ ਤੇ ਕੋ ਸ਼ਰਮ ਕਰ ਜਾ ਤੇ ਤਮਾਸਾ ਛੱਡ ਦੇ ਬਸ ਫਲਕ ਸ਼ੇਰਾ ਹੁਣ ਮੇਰੇ ਤੇ ਹੱਥ ਨਾ ਚਾਵੇਂ ਮੈਂ ਜਵਾਨ ਹੋ ਗਿਆ ਤੇ ਸਿਆਣੇ ਆਂਦੇ ਜਵਾਨ ਔਲਾਦ ਤੇ ਹੱਥ ਨਹੀਂ ਚਾਹੀਦਾ ਹੁੰਦਾ ਸਾਬਰਾ ਇਹ ਤਾਂ ਮੈਨੂੰ ਸਿੱਧਾ ਹੋਇਆ ਖੜਾ ਦੱਸ ਹੁਣ ਮੈਂ ਕਿਹੜੇ ਪਾਸੇ ਜਾਵਾਂ ਨੀ ਭੈਣ ਤੂੰ ਹੀ ਆਪਣੀ ਜ਼ਿੱਦ ਛੱਡ ਦੇ ਹਾਂ ਤੂੰ ਕਰ ਲੈ ਕੋਦੇ ਨਾਲ ਸ਼ਾਦੀ ਕਿਦੈ ਨਾ ਕਿਦੈ ਤੇ ਤੋ ਕਰਨੀ ਆ ਮੁੜ ਵੀ ਉਹ ਤੁਹਾਡਾ ਆਪ ਦਾ ਆ ਇੱਕ ਦਿਨ ਤੇ ਤੂੰ ਕਰਨੀ ਤੂੰ ਵੀ ਅੜੀ ਲਾ ਕੇ ਬੈਠੀ ਹੋਈ ਏ ਤੁਸੀਂ ਚੁੱਪ ਕਰਕੇ ਖਲੋ ਤੁਹਾਡੇ ਘਰ ਦਾ ਮਾਮਲਾ ਨਹੀਂ ਸਾਡੇ ਘਰ ਦਾ ਮਾਮਲਾ ਹੈਗਾ ਮੈਂ ਨਹੀਂ ਕਰਦੀ ਸ਼ਾਦੀ ਇਹਦੇ ਨਾਲ ਐਵੇਂ ਧਮਕੀਆਂ ਦਿੱਤੀ ਜਾਂਦਾ ਮੈਨੂੰ ਇਹਦਾ ਵੀ ਦਿਮਾਗ ਖਰਾਬ ਹੋਇਆ ਯਾਰ ਇਹ ਵੀ ਬੜੀ ਠੀਕ ਤੁਸੀਂ ਚੁੱਪ ਕਰਕੇ ਖਲੋ ਠੀਕ ਹੈ ਤੂੰ ਨਾ ਮੰਨ ਆਦਾ ਮੂੰਹ ਬੰਦ ਰੱਖ ਆ ਚੰਗਾ ਫਲਕ ਸ਼ੇਰਾ ਮੈਂ ਜਾਂਦਾ ਪਿਆ ਹੁਣ ਮੈਂ ਇੱਥੇ ਰਿਛ ਲੈ ਕੇ ਉੱਠਾ ਅੱਬੇ ਤੂੰ ਫਲਕ ਸ਼ੇਰ ਹੋ ਗਿਆ ਇੱਥੇ ਦਫਾਓ ਨਹੀਂ ਮੈਂ ਜਾਵਣ ਦੇਣਾ ਤੈਨੂੰ ਕਿਸੇ ਪਾਸੇ ਤੂੰ ਐਵੇਂ ਨਹੀਂ ਜਾਵਣ ਦੇਣਾ ਮੈਂ ਜਾਂਦਾ ਪਿਆ ਜਦੋਂ ਇਹ ਹੀ ਨਹੀਂ ਮੰਨਦੀ ਪਈ ਤੇ ਮੁਰ ਮੈਂ ਜਾਣਾ ਹੀ ਹੈ ਮੇਰਾ ਇੱਥੇ ਰਹਿਣਾ ਬਣਦਾ ਨਹੀਂ ਹੁਣ ਮੈਂ ਮਦਾਰੀਆਂ ਦੇ ਨਾਲ ਰਵਾਂਗਾ ਮੈਂ ਕਲੰਦਰ ਬਣ ਜਾਵਾਂਗਾ ਕਲੰਦਰ ਬਲਕਿ ਹੋ ਸਕਦਾ ਮੈਂ ਬਾਂਦਰੀ ਦੀ ਜਗ੍ਹਾ ਤੇ ਆਪ ਨੱਚਾਂ ਉਹ ਤੂੰ ਅਕਲ ਤੂੰ ਕੰਮ ਲੈ ਲੈ ਓਏ ਮੇਰਾ ਇੱਕੋ ਇੱਕ ਪੁੱਤਰ ਹੈ ਤੂੰ ਮੈਂ ਇੱਕ ਪੋਤਰਾ ਚੰਗੀ ਤੁਸੀਂ ਮੇਰੀ ਮੰਨੀ ਖੜੋਤੇ ਤੇ ਮੇਰੀ ਤਾਂ ਮੰਨਦੇ ਨਹੀਂ ਪਏ ਆ ਇੱਕ ਛੋਹਰ ਨਹੀਂ ਮਨਾਏਗੀ ਤੁਹਾਡੇ ਕੋਲ ਸਾਬਰਾ ਤੂੰ ਹੀ ਸੁਗਰੀ ਨੂੰ ਆਖ ਲੈ ਕਿ ਮੰਨ ਜਾਵੇ ਸੁਗਰੀ ਮੇਰੀ ਦੀ ਤੂੰ ਹੀ ਮੰਨ ਜਾ ਇਹ ਸਾਨੂੰ ਗੰਦਿਆ ਕੀਤੀ ਖੜਤਾ ਤੇ ਗੰਦ ਨੂੰ ਕੁੰਝ ਲਾਏ ਆ ਵੇਖ ਲੈ ਤੈਨੂੰ ਹੱਥ ਜੋੜੀ ਖਲੀਆਂ ਹਾਂ ਮੇਰੇ ਦੀ ਇਹ ਤੂੰ ਹੀ ਸਾਡੇ ਕੱਖ ਰੱਖਣੇ ਮੰਨ ਜਾ ਖੁਦਾ ਦਾ ਨਾਮ ਚਾਚੀ ਚਾਚਾ ਤੁਸੀਂ ਮੇਰੇ ਕੋ ਹੱਥ ਨਾ ਜੋੜੋ ਤੁਸੀਂ ਮੈਨੂੰ ਦੀ ਬਣਾ ਕੇ ਪਾ ਲਿਆ ਹੈਗਾ ਮੈਂ ਹੀ ਇਹ ਕੋੜਾ ਘੋਟ ਭਰ ਜਾਣੀ ਆ ਮੇਰਾ ਮਜਰਾ ਸ਼ਾਦੀ ਕਰਨੀ ਆ ਇਹ ਘੋਟ ਕਾਲਾ ਜ਼ਰੂਰ ਹੈ ਕੌੜਾ ਨਹੀਂ ਹੁਣ ਤਾਂ ਖੁਸ਼ ਹੋ ਲੈ ਕਾਲੇ ਮੂੰਹ ਵਾਲਿਆ ਛੋਰ ਮੰਨੀ ਖਲਈਏ ਮੈਂ ਖੁਸ਼ ਹਾਂ ਖੁਸ਼ ਹਾਂ ਹੁਣ ਮੈਂ ਤੇਰੀ ਸ਼ਾਦੀ ਨਾ ਧੂਮ ਧਾਮ ਨਾਲ ਕਰਾਂਗਾ ਆ ਆਪਾ ਮੇਰੀ ਸ਼ਾਦੀ ਹੁਣ ਫੁੱਲ ਧੂਮ ਧਾਮ ਨਾਲ ਹੋਣੀ ਚਾਹੀਦੀ ਏ ਉੱਥੇ ਆਪਾ ਬਾਂਦਰੀਆਂ ਨਚਾਵਾਂਗੇ ਲੱਖ ਲਾਨਤ ਖੋਈ ਨਾ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।